ਕਲਕੱਤਾ ਵਿੱਚ ਵਾਪਰੀ ਮੰਦਭਾਗੀ ਘਟਨਾ ਤੋਂ ਬਾਅਦ ਅੱਜ ਅਸੀਂ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਪਹੁੰਚੇ ਹਾਂ ਜੀ। ਇੱਥੇ ਸੁਰੱਖਿਆ ਦਾ ਜਾਇਜ਼ਾ ਲਵਾਂਗੇ, ਗੱਲਬਾਤ ਕਰਾਂਗੇ ਡਾਕਟਰਸ ਦੇ ਨਾਲ ਅਤੇ ਇੱਥੇ ਜਿਹੜੇ ਬੱਚੇ ਪੜ੍ਹਨ ਆਉਂਦੇ ਨੇ ਉਹਨਾਂ ਦੇ ਨਾਲ, ਅਤੇ ਜਾਣਾਂਗੇ ਉਹਨਾਂ ਕੋਲ ਕਿ ਉਹ ਆਪਣੇ ਆਪ ਨੂੰ ਇੱਥੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਕਿੰਨਾ ਸੁਰੱਖਿਅਤ ਮਹਿਸੂਸ ਕਰਦੇ ਨੇ ਅਤੇ ਕਿਵੇਂ ਦੇ ਹਾਲਾਤ ਨੇ ਅਤੇ ਸੁਰੱਖਿਆ ਦੇ ਕਿਵੇਂ ਦੇ ਪ੍ਰਬੰਧ ਨੇ, ਸੁਰੱਖਿਆ ਦੇ ਪੂਰੀ ਦੀ ਪੂਰੀ ਜਾਣਕਾਰੀ ਲਵਾਂਗੇ ਡਾਕਟਰਸ ਤੋਂ ਅਤੇ ਬੱਚਿਆਂ ਤੋਂ ਜਿਹੜੇ ਇੱਥੇ ਪੜ੍ਹਨ ਆਉਂਦੇ ਨੇ। ਆਓ ਚੱਲਦੇ ਹਾਂ ਅੰਦਰ ਅਤੇ ਗੱਲ ਕਰਦੇ ਹਾਂ। ਸੁਰੱਖਿਆ ਸੰਬੰਧੀ ਹੋਰ ਜਾਣਕਾਰੀ ਲੈਣ ਲਈ ਹੁਣ ਅਸੀਂ ਪਹੁੰਚੇ ਹਾਂ ਜੀ ਜੱਚਾ ਬੱਚਾ ਵਾਰਡ 'ਚ, ਅਤੇ ਮੈਡਮ ਆਪਣੇ ਕੰਮ ਦੇ ਵਿੱਚ ਲੱਗੇ ਹੋਏ ਨੇ, ਇਹਨਾਂ ਦੇ ਨਾਲ ਗੱਲ ਕਰਕੇ ਜਾਣਾਂਗੇ। ਮੈਮ, ਕਿੱਦਾਂ ਦੀ ਸੁਰੱਖਿਆ ਦੇ ਪ੍ਰਬੰਧ ਲੱਗਦੇ ਨੇ ਸਿਵਲ ਹਸਪਤਾਲ ਗੁਰਦਾਸਪੁਰ? ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਜੋ ਸੁਰੱਖਿਆ ਦੇ ਪ੍ਰਬੰਧ ਲਗਾਏ ਉਹ ਬਹੁਤ ਹੀ ਮਾੜੇ ਨੇ, ਕਿਉਂਕਿ ਰਾਤ ਵੇਲੇ ਜਦੋਂ ਇੱਕੋ ਸਿਕਿਉਰਿਟੀ ਗਾਰਡ ਹੁੰਦਾ ਅਤੇ ਮੈਂ ਇਕੱਲੀ ਹੈ, ਮੇਰੇ ਘੱਟੋ ਘੱਟ 60 ਪੇਸ਼ੈਂਟ ਹੈ ਅਤੇ 60-65 ਪੇਸ਼ੈਂਟਾਂ ਦੇ ਨਾਲ ਘੱਟੋ ਘੱਟ 10-10, 12-12 ਅਟੈਂਡੈਂਟ ਹੁੰਦੇ ਆ, ਠੀਕ ਹੈ। ਕਈ ਵਾਰੀ ਜਿਹੜੇ ਹੁੰਦੇ ਆ ਕਿ ਡਰਿੰਕ ਵੀ ਕਰਕੇ ਆਉਂਦੇ ਆ, ਅਤੇ ਜਦੋਂ ਇੱਦਾਂ ਹੁੰਦਾ ਕਿ ਜਦੋਂ ਹਫੜਾ ਦਫੜੀ 'ਚ ਉਹ ਆਉਂਦੇ ਆ ਅਤੇ ਮੈਨੂੰ ਸੁਰੱਖਿਆ ਨਹੀਂ ਫੀਲ ਹੁੰਦੀ, ਠੀਕ ਹੈ, ਕਿਉਂਕਿ ਸ਼ਰਾਬ 'ਚ ਅਵਾ ਤਵਾ ਬੋਲਦੇ ਨੇ। ਅਤੇ ਜਦੋਂ ਤੱਕ ਮੈਂ ਸਿਕਿਉਰਿਟੀ ਗਾਰਡ ਨੂੰ ਬੁਲਾਉਣਾ ਉਦੋਂ ਤੱਕ ਉਹ ਮੇਰੇ ਨਾਲ ਕਈ ਤਰ੍ਹਾਂ ਦਾ ਮਿਸਬਿਹੇਵ ਕਰ ਚੁੱਕੇ ਹੁੰਦੇ ਆ, ਅਤੇ ਜਿਹਦੇ ਕਰਕੇ ਸਾਡੀ ਇੱਕ ਸੈਲਫ ਰਿਸਪੈਕਟ ਵੀ ਨਹੀਂ ਰਹਿੰਦੀ, ਠੀਕ ਹੈ। ਹੁਣ ਮੰਨ ਲਓ ਮੈਂ ਇਕੱਲੀ ਹਾਂ, ਠੀਕ ਹੈ, ਕੋਈ ਵੀ ਇੱਥੋਂ ਜੇ ਸਿਕਿਉਰਿਟੀ ਗਾਰਡ ਨਹੀਂ ਹੈਗਾ ਅਤੇ ਕੋਈ ਵੀ ਇੱਥੇ ਚੋਰ ਚੱਕਾ ਆ ਕੇ, ਠੀਕ ਹੈ, ਅਤੇ ਮੇਰੇ ਨਾਲ ਕੋਈ ਵੀ ਮਿਸਬਿਹੇਵ ਕਰ ਸਕਦਾ। ਇਸ ਕਰਕੇ ਮੈਨੂੰ ਇੱਥੇ ਸੁਰੱਖਿਆ ਕੁਛ ਨਹੀਂ ਦਿਖਦੀ, ਠੀਕ ਹੈ, ਮੈਨੂੰ ਕੋਈ ਸੇਫਟੀ ਫੀਲ ਨਹੀਂ ਹੋ ਰਹੀ ਇੱਥੇ, ਠੀਕ ਹੈ। ਜਿੱਦਾਂ ਦੱਸ ਰਹੇ ਸੀਗੇ ਕਿ ਕੇਵਲ ਇੱਕ ਹੀ ਸੁਰੱਖਿਆ ਕਰਮੀ ਹੈ ਪੂਰੇ ਸਿਵਲ ਹਸਪਤਾਲ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਇੱਕ ਸੁਰੱਖਿਆ ਕਰਮੀ ਜਿਹੜਾ ਹੈਗਾ ਪੂਰੇ ਸਿਵਲ ਹਸਪਤਾਲ ਦੀ ਸੁਰੱਖਿਆ ਕਰ ਸਕਦਾ? ਨਹੀਂ, ਇੱਕ ਜੋ ਸੁਰੱਖਿਆ ਕਰਮੀ ਹੈ ਉਹ ਪੂਰੇ ਹੋਸਪਿਟਲ 'ਚ ਨਹੀਂ ਹੋਣਾ ਚਾਹੀਦਾ, ਬਲਕਿ ਹਰ ਇੱਕ ਵਾਰਡ ਵਿੱਚ ਅਲੱਗ ਅਲੱਗ ਸੁਰੱਖਿਆ ਕਰਮੀ ਹੋਣਾ ਚਾਹੀਦਾ, ਕਿਉਂਕਿ ਜੇ ਮੰਨ ਲਓ ਇੱਕ ਟਾਈਮ 'ਤੇ ਅਲੱਗ ਅਲੱਗ ਕੋਈ ਮਿਸਹੈਪਿੰਗ ਹੋ ਜਾਂਦੀ ਹੈ ਅਤੇ ਉਹਦੇ 'ਚ ਕੀ ਹੈ ਕਿ ਇੱਕ ਸਿਕਿਉਰਿਟੀ ਗਾਰਡ ਕਿੱਧਰ ਕਿੱਧਰ ਜਾਏਗਾ, ਠੀਕ ਹੈ, ਅਤੇ ਫਿਰ ਉਸ ਟਾਈਮ 'ਤੇ ਜਿਹੜੀ ਦੋ ਥਾਵਾਂ 'ਤੇ ਹੋਇਆ ਅਤੇ ਉੱਥੇ ਫਿਰ ਕੀ ਪੋਸੀਬਿਲਿਟੀ ਹੈ, ਉੱਥੇ ਤਾਂ ਮਿਸਬਿਹੇਵ ਹੋ ਗਏ ਹੋਏਗਾ, ਠੀਕ ਹੈ ਨਾ। ਅਤੇ ਕਈ ਵਾਰੀ ਤਾਂ ਇੱਥੇ ਚੋਰੀਆਂ ਵੀ ਬਹੁਤ ਹੁੰਦੀਆਂ, ਜਿਹੜੇ ਪੇਸ਼ੈਂਟ ਆਉਂਦੇ ਆ ਉਹਨਾਂ ਦੀ ਅਟੈਂਡੈਂਟ ਦੇ ਫੋਨ ਚੋਰੀ ਹੋ ਜਾਂਦੇ ਆ, ਫਿਰ ਉਹ ਕੀ ਆ ਉਹ ਆ ਕੇ ਉਹ ਸਾਡੇ 'ਤੇ ਗੁੱਸਾ ਕੱਢਦੇ ਆ ਕਿ ਹਾਂ ਮੈਡਮ ਤੁਹਾਡੀ ਵਾਰਡ 'ਚ ਸਾਡਾ ਚੋਰੀ ਹੋ ਗਿਆ, ਸਮਾਨ ਚੋਰੀ ਹੋ ਗਿਆ, ਪੈਸੇ ਚੋਰੀ ਹੋ ਗਿਆ, ਉਹਦੇ ਜ਼ਿੰਮੇਵਾਰ ਕੌਣ ਆ ਦੱਸੋ। ਮੈਂ ਸ਼ਾਸਨ ਤੋਂ ਮੰਗ ਕਰਨੀ ਹੈ ਕਿ ਜੇ ਇਹੋ ਜਿਹੀ ਮਿਸਬਿਹੇਵ ਹੁੰਦਾ ਆ ਤਾਂ ਫਿਰ ਉਹਦੀ ਕੌਣ ਹਰਜਾਈ ਭਰੇਗਾ, ਠੀਕ ਹੈ। ਸਟਾਫ ਅਤੇ ਸਟਾਫ ਨੂੰ ਜਿਹੜਾ ਆ ਉਹ ਉਹਨਾਂ ਦਾ ਸੈਲਫ ਰਿਸਪੈਕਟ ਜਿਹੜੀ ਆ ਉਹ ਖੋ ਰਹੇ ਆ। ਹੁਣ ਅਸੀਂ ਪਹੁੰਚਿਆ ਜੀ ਲੇਬਰ ਰੂਮ 'ਚ ਅਤੇ ਤੁਸੀਂ ਦੇਖ ਸਕਦੇ ਹੋ ਮੈਡਮ ਬੈਠ ਕੇ ਆਪਣਾ ਕੰਮ ਕਰ ਰਹੇ ਨੇ, ਇਹਨਾਂ ਦੇ ਨਾਲ ਗੱਲ ਕਰਕੇ ਜਾਣਾਂਗੇ ਕਿ ਮੈਡਮ ਇੱਥੇ ਜਿਹੜੇ ਸੁਰੱਖਿਆ ਦੇ ਪ੍ਰਬੰਧ ਨੇ ਤੁਹਾਨੂੰ ਕੀ ਲੱਗਦਾ ਕਿ ਠੀਕ ਨੇ? ਬਿਲਕੁਲ ਵੀ ਠੀਕ ਨਹੀਂ ਹੈਗੇ, ਕਿਉਂਕਿ ਸਾਡੇ ਪੂਰੇ ਹੋਸਪਿਟਲ ਦੇ ਵਿੱਚ ਸਿਰਫ ਇੱਕ ਹੀ ਸੁਰੱਖਿਆ ਕਰਮੀ ਹੈਗਾ ਆ, ਉਹ ਵੀ ਉਹਨੇ ਪੂਰੇ ਹੋਸਪਿਟਲ ਨੂੰ ਦੇਖਣਾ ਹੁੰਦਾ ਹੈ। ਐਮਰਜੈਂਸੀ ਤੁਸੀਂ ਦੇਖ ਸਕਦੇ ਹੋ, ਸਾਡੀ ਐਮਰਜੈਂਸੀ ਵੈਸੇ ਹੀ ਬਹੁਤ ਬਿਜ਼ੀ ਰਹਿੰਦੀ ਹੈ, ਉਹ ਉੱਥੋਂ ਹੀ ਨਹੀਂ ਨਿਕਲ ਸਕਦੇ, ਔਰ ਇੱਧਰਲੀ ਬਾਕੀ ਵਾਰਡਸ ਦੇ ਵਿੱਚ ਉਹ ਇੱਕ ਰਾਊਂਡ ਕਰਕੇ ਚਲੇ ਜਾਂਦੇ ਨੇ, ਔਰ ਜਦੋਂ ਸਾਨੂੰ ਜ਼ਰੂਰਤ ਹੋਏ ਸਿਰਫ ਉਹ ਕਾਲ 'ਤੇ ਹੀ ਆ ਸਕਦੇ ਨੇ। ਬਾਰ ਬਾਰ ਇੱਕ ਇਨਸਾਨ ਨਹੀਂ ਆ ਸਕਦਾ, ਪੂਰੇ ਟਾਈਮ 24 hours ਅਵੇਲੇਬਲ ਨਹੀਂ ਰਹਿ ਸਕਦਾ। ਮੈਨੂੰ ਲੱਗਦਾ ਕਿ ਜਿੱਡਾ ਵੱਡਾ ਇਹ ਸਿਵਲ ਹੋਸਪਿਟਲ ਹੈ ਇਹਦੇ ਵਾਸਤੇ ਇੱਕ ਜਿਹੜਾ ਸੁਰੱਖਿਆ ਕਰਮੀ ਉਹ ਜਾਇਜ਼ ਹੈ? ਬਿਲਕੁਲ ਵੀ ਨਹੀਂ, ਜ਼ਿਆਦਾ ਸੁਰੱਖਿਆ ਕਰਮੀਆਂ ਦੀ ਲੋੜ ਹੈ। ਜਿੰਨੇ ਵਾਰਡਸ ਆ ਉਨੇ ਹੀ ਸੁਰੱਖਿਆ ਕਰਮੀ ਹੋਣੇ ਚਾਹੀਦੇ ਆ। ਜਿੱਥੋਂ ਇੱਕ ਵਾਰਡ ਦੀ ਐਂਟਰੈਂਸ ਹੁੰਦੀ ਹੈ ਹਰ ਜਗ੍ਹਾ 'ਤੇ ਇੱਕ ਸਿਕਿਉਰਿਟੀ ਗਾਰਡ ਹੋਣਾ ਚਾਹੀਦਾ, ਤਾਂ ਕਿ ਉਹਨਾਂ ਨੂੰ ਪਤਾ ਚੱਲੇ ਕਿ ਹੋਸਪਿਟਲ 'ਚ ਕੁਛ ਮਿਸਹੈਪਨਿੰਗ ਤਾਂ ਨਹੀਂ ਹੋ ਰਹੀ। ਕਈ ਵਾਰੀ ਇੱਦਾਂ ਹੁੰਦਾ ਕਿ ਪੇਸ਼ੈਂਟਸ ਦੇ ਜਿੱਦਾਂ ਟ੍ਰਾਇਲ ਵਾਰਡ ਆ ਉੱਥੋਂ ਵੀ ਕੈਦੀ ਭੱਜ ਜਾਂਦੇ ਨੇ, ਉਹ ਸਾਰਾ ਕੁਛ ਮਤਲਬ ਬਾਹਰ ਹੀ ਦੇਖਣਾ ਪੈਂਦਾ ਬਾਅਦ ਵਿੱਚ। ਬਟ ਸਾਡਾ ਜਿਵੇਂ ਇੱਕ ਫੀਮੇਲ ਵਾਰਡ ਹੈਗਾ ਆ, ਇੱਥੇ ਡਾਕਟਰਸ ਵੀ ਫੀਮੇਲ ਹੈਗੇ ਆ, ਸਟਾਫ ਵੀ ਫੀਮੇਲ ਆ, ਸਫਾਈ ਕਰਮੀ ਵੀ ਔਰ ਹੈਲਪਰ ਸਾਰੇ ਫੀਮੇਲ ਹੈਗੇ ਆ। ਜਦੋਂ ਸਾਨੂੰ ਲੋੜ ਪੈਂਦੀ ਹੈ ਸਾਨੂੰ ਬਾਹਰੋਂ
ਵੱਲੋਂ ਹੀ ਕਿਸੇ ਨਾ ਕਿਸੇ ਨੂੰ ਬੁਲਾਉਣਾ ਪੈਂਦਾ ਆ, ਪਰ ਇਸ ਟਾਈਮ 'ਤੇ ਜ਼ਰੂਰਤ ਹੈ। ਜਿਵੇਂ ਕਿ ਅਸੀਂ ਦੇਖ ਸਕਦੇ ਹਾਂ ਹੁਣੇ ਜੋ ਇੰਸੀਡੈਂਟਸ ਹੋਇਆ, ਅਸੀਂ ਇਹੋ ਜਿਹੇ ਕਿਸੇ ਇੰਸੀਡੈਂਟਸ ਦੀ ਵੇਟ ਨਹੀਂ ਕਰਨਾ ਚਾਹੁੰਦੇ ਕਿ ਜਦੋਂ ਕੁਛ ਇੱਦਾਂ ਹੋਏ ਤਾਂ ਫਿਰ ਹੀ ਇੱਥੇ ਕੋਈ ਸੁਰੱਖਿਆ ਕਰਮੀ ਆਵੇ। ਇਹ ਸਾਨੂੰ ਸਾਡੀ ਸਰਕਾਰ ਅੱਗੇ ਬੇਨਤੀ ਹੈ, ਆਪਣੇ ਐਸ ਐਮ ਓ ਸਾਹਿਬ ਨੂੰ ਵੀ ਬੇਨਤੀ ਹੈ ਕਿ ਉੱਥੇ ਸਾਨੂੰ ਸੁਰੱਖਿਆ ਕਰਮੀ ਪਰਮਾਨੈਂਟ ਇੱਕ ਦੇਣ, ਤਾਂ ਕਿ ਜਦੋਂ ਸਾਨੂੰ ਲੋੜ ਹੋਏ ਜਾਂ ਕੁਛ ਸਾਨੂੰ ਕਹਿਣ ਦੀ ਵੀ ਜ਼ਰੂਰਤ ਨਾ ਪਏ, ਉਹਨਾਂ ਦਾ ਧਿਆਨ ਹੋਵੇ ਕਿ ਕੁਛ ਅੰਦਰ ਕੁਛ ਗਲਤ ਵਿਅਕਤੀ ਅਗਰ ਅੰਦਰ ਜਾ ਰਿਹਾ ਤਾਂ ਉਹਨੂੰ ਦੇਖ ਸਕਣ। ਕੋਈ ਇੱਦਾਂ ਦੀ ਘਟਨਾ ਹੋਈ ਹੈ ਜਿਸ ਦੇ ਵਿੱਚ ਤੁਹਾਨੂੰ ਯਕਦਮ ਕਿਸੇ ਨੂੰ ਬੁਲਾਉਣਾ ਪੈ ਗਿਆ ਜਾਂ ਸੁਰੱਖਿਆ ਕਰਮੀ ਨੂੰ ਬੁਲਾਉਣਾ ਪੈ ਗਿਆ? ਕਿਉਂਕਿ ਕੁਝ ਲੋਕ ਅਸੀਂ ਦੇਖਿਆ ਕਿ ਰਾਤ ਨੂੰ ਸ਼ਰਾਬ ਪੀ ਕੇ ਵੀ ਆ ਜਾਂਦੇ ਨੇ, ਜਾਂ ਲੇਬਰ ਦੇ ਜਦੋਂ ਹੈਗਾ ਤੁਹਾਡਾ ਇਹਦੇ ਨਾਲ ਰਿਲੇਟਡ ਬਹੁਤ ਸਾਰੀਆਂ ਦਿੱਕਤਾਂ ਹੁੰਦੀਆਂ ਨੇ, ਤਾਂ ਕਦੀ ਕੋਈ ਇਹੋ ਜਿਹਾ ਇੰਸੀਡੈਂਟ ਹੁਣ ਤੱਕ ਵੇਖਣ ਦੇ ਵਿੱਚ ਆਇਆ? ਬਹੁਤ ਜ਼ਿਆਦਾ ਤਾਂ ਨਹੀਂ, ਬਟ ਸਾਲ 'ਚ 2-3 ਵਾਰੀ ਤਾਂ ਹੋ ਵੀ ਜਾਂਦਾ ਹੈ। ਕਈ ਵਾਰੀ ਇੱਦਾਂ ਕਿ ਸਾਨੂੰ ਕਾਲ ਕਰਕੇ ਬੁਲਾਉਣਾ ਪਏ ਉਹਨਾਂ ਨੂੰ, ਰਾਤ ਦੇ ਟਾਈਮ 'ਤੇ ਵੀ ਹੁੰਦੇ ਆ। ਕਈ ਵਾਰੀ ਪੇਸ਼ੈਂਟ ਦੇ ਨਾਲ ਜਿਹੜੇ ਉਹਨਾਂ ਦੇ ਅਟੈਂਡੈਂਟਸ ਆਉਂਦੇ ਆ, ਮਤਲਬ ਅਜਨਬੀ ਕਹਿ ਲਓ ਜਾਂ ਜੋ ਉਹਨਾਂ ਦੇ ਨਾਲ ਹੈ ਨਾ, ਉਹਨਾਂ ਨੇ ਡਰਿੰਕ ਕੀਤੀ ਹੁੰਦੀ ਆ, ਉਹ ਆਉਂਦੇ ਆ ਜਦੋਂ ਸਾਡੇ ਕੋਲ। ਕਈ ਵਾਰੀ ਸਾਡੇ ਨਾਲ ਵੀ ਮਿਸਬਿਹੇਵ ਕਰਦੇ ਆ, ਅਨਨੈਸੈਸਰੀ ਮਿਸਬਿਹੇਵ ਕਰਦੇ ਆ, ਉਦੋਂ ਵੀ ਸਾਨੂੰ ਲੋੜ ਪੈਂਦੀ ਆ। ਔਰ ਜਦੋਂ ਅਸੀਂ ਪੇਸ਼ੈਂਟ ਨੂੰ ਬਾਹਰ ਕਈ ਵਾਰੀ ਰੈਫਰ ਕਰਕੇ ਫਿਰ ਅਸੀਂ ਐਂਬੂਲੈਂਸ ਤੱਕ ਪੇਸ਼ੈਂਟ ਨੂੰ ਛੱਡਣਾ ਸਾਡੀ ਡਿਊਟੀ ਬਣਦੀ ਹੈ, ਅਸੀਂ ਜਦੋਂ ਬਾਹਰ ਜਾਂਦੇ ਹਾਂ ਵਾਪਸ ਆਉਣਾ, ਫਿਰ ਵੀ ਸਾਡੀ ਕੋਈ ਸਿਕਿਉਰਿਟੀ ਨਹੀਂ ਹੈਗੀ, ਕਿਉਂਕਿ ਰਾਤ ਦੇ ਟਾਈਮ 'ਤੇ ਸਾਰੇ ਸੁੱਤੇ ਹੁੰਦੇ ਆ, ਸਿਰਫ ਇੱਕ ਸਟਾਫ ਡਾਕਟਰ ਹੀ ਬਾਹਰ ਘੁੰਮ ਰਿਹਾ ਹੁੰਦਾ ਹੈ। ਇਸ ਕਰਕੇ ਸਭ ਜਗ੍ਹਾ ਸਿਕਿਉਰਿਟੀ ਗਾਰਡ ਦੀ ਜ਼ਰੂਰਤ ਹੈ। ਤੁਸੀਂ ਦੇਖਿਆ ਜੀ ਕਿ ਕਿਵੇਂ ਮੈਡਮ ਨੇ ਬੜੇ ਵਧੀਆ ਤਰੀਕੇ ਦੇ ਨਾਲ ਜਿਹੜਾ ਹੈਗਾ ਸਮਝਾਇਆ ਕਿ ਜਿਹੜੇ ਸੁਰੱਖਿਆ ਦੇ ਆ ਪੁਖਤਾ ਪ੍ਰਬੰਧ ਹੋਣੇ ਚਾਹੀਦੇ ਆ। ਬੱਚੇ ਨੇ ਜਿਹੜੇ ਇੱਥੇ ਹੁਣ ਸਟੱਡੀ ਕਰ ਰਹੇ ਨੇ, ਉਹਨਾਂ ਦੇ ਨਾਲ ਵੀ ਗੱਲ ਕਰਕੇ ਜਾਣਦੇ ਆ ਕੀ ਲੱਗਦਾ ਸੁਰੱਖਿਆ ਦੇ ਪ੍ਰਬੰਧ ਕਿਵੇਂ ਨੇ ਸਿਵਲ ਹਸਪੀਟਲ? ਆਪਾਂ ਸਰਕਾਰੀ ਸਿਵਲ ਹਸਪੀਟਲ 'ਚ ਸੇਫ ਨਹੀਂ ਫੀਲ ਕਰਦੇ, ਆਪਾਂ ਇੱਥੇ ਡੇਲੀ ਨਾਈਟ ਡਿਊਟੀ 'ਤੇ ਆਉਂਦੇ ਹਾਂ, ਬਟ ਜਦੋਂ ਆਪਾਂ ਇੱਥੋਂ ਬਾਹਰ ਵੀ ਜਾਣਾ ਹੋਵੇ ਆਪਾਂ 2-3 ਜਾਣੇ ਇਕੱਠੇ ਹੋ ਕੇ ਜਾਈਦਾ, ਬਿਕੋਜ਼ ਇੱਥੋਂ ਬਾਹਰ ਕੋਈ ਵੀ ਜਾਣਾ ਸੇਫ ਹੈ ਨਹੀਂ ਆ, ਇਸ ਕਰਕੇ ਇੱਥੇ ਸਿਕਿਉਰਿਟੀ ਚਾਹੀਦੀ ਆ। ਕੀ ਲੱਗਦਾ ਹੈ ਕਿ ਸਰਕਾਰ ਜਿਹੜੀ ਹੈ ਇਸ ਵੱਲ ਧਿਆਨ ਦੇ ਰਹੀ ਹੈ ਜਾਂ ਨਹੀਂ ਦੇ ਰਹੀ? ਜਿੱਦਾਂ ਕੋਲਕਾਤਾ ਦੇ ਵਿੱਚ ਇੰਸੀਡੈਂਟਸ ਹੋਇਆ, ਲੱਗਦਾ ਤਾਂ ਨਹੀਂ ਦੇ ਰਹੀ ਆ। ਸੁਰੱਖਿਆ ਵੱਲੋਂ ਇਹ ਗੱਲ ਹੈ ਕਿ ਰਾਤ ਨੂੰ ਇੱਥੇ ਸਾਡੇ ਕੋਲ ਸੁਰੱਖਿਆ ਕਰਨ ਲਈ ਕੋਈ ਨਹੀਂ ਹੈ, ਸਾਡੇ ਕੋਲ ਇੱਕ ਪੁਲਿਸ ਮੁਲਾਜ਼ਮ ਦਿੱਤਾ ਹੋਇਆ ਜੀ, ਬਟ ਅਗਰ ਸੋਚਿਆ ਜਾਏ ਤਾਂ ਇੱਕ ਪੁਲਿਸ ਮੁਲਾਜ਼ਮ ਕਰ ਕੀ ਸਕਦਾ ਹੈ? ਪਿੱਛੇ ਜੀ ਕਾਫੀ ਇੱਦਾਂ ਦੇ ਇੰਸੀਡੈਂਟ ਹੋ ਚੁੱਕੇ ਨੇ ਜਦੋਂ ਕਿ ਸਾਨੂੰ ਪੁਲਿਸ ਦੀ ਬਹੁਤ ਲੋੜ ਪੈਂਦੀ ਹੈ ਜਾਂ ਸੁਰੱਖਿਆ ਕਰਮੀਆਂ ਦੀ ਬਹੁਤ ਲੋੜ ਪੈਂਦੀ ਹੈ। ਸੁਰੱਖਿਆ ਕਰਮੀ ਨਾ ਹੋਣ ਕਰਕੇ ਸਾਨੂੰ ਬਹੁਤ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ। ਪਿੱਛੇ ਜੀ ਇੱਕ ਇੰਸੀਡੈਂਟ ਹੋਇਆ ਸੀ, ਦੋ ਪਾਰਟੀਆਂ ਲੜ ਕੇ ਆਈਆਂ ਸੀ, ਉਹਨਾਂ ਦੇ ਹੋਰ ਕੁਛ ਬੰਦੇ ਆ ਕੇ ਅਤੇ ਇੱਥੇ ਆ ਕੇ ਲੜਨ ਲੱਗ ਗਏ। ਹੁਣ ਅਗਰ ਇੱਥੇ ਸਾਡੇ ਕੋਲ ਸੁਰੱਖਿਆ ਕਰਮੀ ਕੁਛ ਹੁੰਦੇ ਤਾਂ ਉਹ ਇੰਸੀਡੈਂਟ ਅਵੋਇਡ ਕੀਤਾ ਜਾ ਸਕਦਾ ਸੀ। ਸਾਡੇ ਐਡਮਿਨਿਸਟ੍ਰੇਸ਼ਨ ਵੱਲੋਂ, ਸਾਡੀ PCMS ਐਸੋਸੀਏਸ਼ਨ ਵੱਲੋਂ ਬਹੁਤ ਸਾਰੀਆਂ ਚਿੱਠੀਆਂ ਕੱਢੀਆਂ ਜਾ ਚੁੱਕੀਆਂ ਨੇ DGP ਸਾਹਿਬ ਨੂੰ, ਆਪਣੇ SSP ਸਾਹਿਬ ਨੂੰ, ਕਿ ਸਾਡੀ ਸਿਕਿਉਰਿਟੀ ਵਧਾਈ ਜਾਏ। ਜਦ ਤੱਕ ਕਿ ਇੱਕ ਆਪਾਂ ਆਪਣੀ ਵਰਕ ਪਲੇਸ 'ਤੇ ਆਪਾਂ ਇੱਕ ਸਿਕਿਓਰ ਨਹੀਂ ਫੀਲ ਕਰਾਂਗੇ ਤਾਂ ਆਪਾਂ ਕਿੰਨਾ ਹੀ ਪ੍ਰੋਪਰ ਤਰੀਕੇ ਨਾਲ ਕੰਮ ਕਰ ਸਕਦੇ ਹਾਂ। ਇੱਥੇ ਕੁਛ ਲੇਡੀ ਸਟਾਫ ਵੀ ਨੇ, ਕੁਛ ਲੇਡੀ ਡਾਕਟਰਸ ਵੀ ਨੇ, ਕੁਛ ਲੇਡੀ ਸਵੀਪਰਸ ਵੀ ਨੇ। ਉਹਨਾਂ ਨੂੰ ਸਿਕਿਓਰ ਫੀਲ ਕਰਾਉਣਾ ਬਹੁਤ ਜ਼ਰੂਰੀ ਹੈ ਸਰਕਾਰ ਲਈ, ਅਤੇ ਇਸ ਕਰਕੇ ਸਾਡੀ ਇਹੀ ਮੰਗ ਹੈ ਕਿ ਸਾਨੂੰ ਇੱਕ ਪ੍ਰੋਪਰ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਏ। ਡਾਕਟਰ ਸਾਹਿਬ, ਜਿੱਦਾਂ ਤੁਸੀਂ ਦੱਸਿਆ ਕਿ ਇੱਕ ਇੰਸੀਡੈਂਟ ਹੋਇਆ ਜਿਹਦੇ ਵਿੱਚ ਹਥਿਆਰਾਂ ਦੇ ਨਾਲ ਲੈਸ ਹੋ ਗਏ, ਮੈਨੂੰ ਵੀ ਯਾਦ ਹੈ ਕਿ 2-3 ਮਹੀਨੇ ਪਹਿਲਾਂ ਦੀ ਗੱਲ ਆ, ਹਥਿਆਰਾਂ ਦੇ ਨਾਲ ਲੈਸ ਹੋ ਕੇ ਬੰਦੇ ਅੰਦਰ ਆ ਗਏ ਸੀਗੇ। ਇਹਦੇ ਨਾਲ ਨਾਲ ਕੁਝ ਬੱਚੇ ਜਿਹੜੇ ਹੁਣ ਰਾਤ ਨੂੰ ਸਿੱਖਣ ਵਾਸਤੇ ਆਉਂਦੇ ਆ, ਕੁਝ ਲੜਕੀਆਂ ਨੇ ਬੱਚੀਆਂ ਨੇ ਜਿਹੜੀਆਂ ਸਿੱਖਣ ਵਾਸਤੇ ਆਉਂਦੀਆਂ, ਤੁਹਾਨੂੰ ਲੱਗਦਾ ਕਿ ਇੱਕ ਸੁਰੱਖਿਆ ਕਰਮੀ ਜਿਹੜਾ ਪੂਰੇ ਸਿਵਲ ਹਸਪੀਟਲ ਦੀ ਸੁਰੱਖਿਆ ਨੂੰ ਕਰ ਸਕਦਾ? ਨਹੀਂ, ਬਿਲਕੁਲ ਨਹੀਂ ਕਰ ਸਕਦਾ। ਮੈਂ ਇਹ ਨਹੀਂ ਕਹਿ ਰਿਹਾ ਕਿ ਉਹ ਆਪਣੇ 100% ਨਹੀਂ ਦਿੰਦੇ, ਬਿਲਕੁਲ ਆਪਣਾ 100% ਦਿੰਦੇ ਆ, ਬਟ ਜਦੋਂ ਅਗਲੇ ਪਾਸੇ 10-15 ਬੰਦੇ ਹੋਏ, ਇਕੱਲਾ ਇੱਕ ਸੁਰੱਖਿਆ ਕਰਮੀ ਕੁਛ ਨਹੀਂ ਕਰ ਸਕਦਾ, ਨਹੀਂ ਕਰ ਸਕਦਾ ਇਸ ਚੀਜ਼, ਨਹੀਂ ਕਰ ਸਕਦਾ। ਕੀ ਮੰਗ ਕਰਦੇ ਹੋ, ਕੀ ਮੰਗ ਰੱਖਦੇ ਹੋ ਸਰਕਾਰ ਅੱਗੇ? ਅਸੀਂ ਇਹੀ ਮੰਗ ਰੱਖਦੇ ਹਾਂ ਕਿ ਸਾਡੀ ਵਰਕ ਪਲੇਸ 'ਤੇ ਸਾਨੂੰ ਸਿਕਿਓਰ ਫੀਲ ਕਰਾਇਆ ਜਾਏ,
ਕਿੰਨੇ ਸੁਰੱਖਿਆ ਕਰਮੀ ਰੱਖਣੇ ਆ, ਕਿੰਨੇ ਸੁਰੱਖਿਆ ਕਰਮੀ ਇੱਧਰ ਰੱਖਣੇ ਆ, ਕਿੰਨੇ ਐਮਰਜੈਂਸੀ ਨੂੰ ਦੇਣੇ ਆ, ਕਿੰਨੇ ਦੂਸਰੇ ਵਾਰਡਸ ਨੂੰ ਦੇਣੇ ਆ, ਤੁਸੀਂ ਡਿਸਾਈਡ ਕਰੋ। ਬਟ ਸਾਨੂੰ ਐਟਲੀਸਟ ਉੱਥੇ ਸਿਕਿਓਰ ਫੀਲ ਕਰਾਓ ਕਿ ਆਪਾਂ ਆਪਣਾ ਕੰਮ ਹੈ ਜਿਹੜਾ ਉਹ ਇੱਕ ਵਧੀਆ ਤਰੀਕੇ ਨਾਲ ਕਰ ਸਕੀਏ, ਆਪਾਂ ਆਪਣਾ 100% ਦੇ ਸਕੀਏ। ਅਸੀਂ ਤੁਹਾਨੂੰ ਦੱਸ ਰਹੇ ਸੀਗੇ ਜੀ ਕਿ ਰਾਤ ਨੂੰ ਸਿਵਲ ਹਸਪਤਾਲ ਗੁਰਦਾਸਪੁਰ ਦੇ ਵਿੱਚ ਇੱਕੋ ਹੀ ਸੁਰੱਖਿਆ ਕਰਮੀ ਹੁੰਦੇ ਨੇ, ਉਹ ਸਾਡੇ ਨਾਲ ਨੇ, ਇਹਨਾਂ ਦੇ ਨਾਲ ਗੱਲ ਕਰਕੇ ਜਾਣਦੇ ਹਾਂ ਕਿ ਸਰ ਰਾਤ ਨੂੰ ਫਿਰ ਤੁਸੀਂ ਇਕੱਲੇ ਹੀ ਡਿਊਟੀ ਨਿਭਾਉਂਦੇ ਹੋ? ਹਾਂ, ਇਕੱਲੇ ਹੀ ਨੇ ਸਰ ਮੈਂ। ਅਤੇ ਕੀ ਲੱਗਦਾ ਤੁਸੀਂ ਇਕੱਲੇ ਜਿਹੜੇ ਹੈਗੇ ਰਾਤ ਦੀ ਸੁਰੱਖਿਆ ਲਈ ਮਤਲਬ ਪੂਰੀ ਕਰ ਸਕਦੇ ਹੋ ਜਾਂ ਵੱਧ ਬੰਦੇ ਚਾਹੀਦੇ ਨੇ? ਨਹੀਂ, ਵੱਧ ਬੰਦੇ ਚਾਹੀਦੇ ਆ ਸਰ। ਪਤਾ ਕੀ, ਇਕੱਲੇ ਵਾਸਤੇ ਬਹੁਤ ਦਿੱਕਤ ਵਾ, ਕਈ ਵਾਰ ਦੋ ਜਗ੍ਹਾ ਪ੍ਰੋਬਲਮ ਆ ਜਾਂਦੀ, ਫਿਰ ਬੰਦਾ ਤਾਂ ਇੱਕੋ ਜਗ੍ਹਾ ਨਾ ਕਵਰ ਕਰੂਗਾ, ਦੂਜੀ ਜਗ੍ਹਾ ਤਾਂ ਨਹੀਂ ਨਾ ਕਰ ਸਕਦਾ। ਬੀਤੇ ਦਿਨਾਂ ਦੇ ਵਿੱਚ ਦੇਖਣ ਨੂੰ ਮਿਲਿਆ ਕਿ ਇੱਕ ਲੜਾਈ ਝਗੜਾ ਵੀ ਹੋਇਆ ਸੀਗਾ ਸਿਵਲ ਹਸਪਤਾਲ, ਜਿਹਦੇ ਵਿੱਚ ਤੁਹਾਡੀ ਵੀ ਵੀਡੀਓ ਆਈ ਸੀਗੀ, ਬੜੀ ਮੁਸ਼ਕਲ ਦੇ ਨਾਲ ਬਚਾਅ ਹੋਇਆ, ਜਿਹੜੇ ਕਿਰਪਾਨਾਂ ਜਾਂ ਹੋਰ ਮਾਰੂ ਹਥਿਆਰ ਲੈ ਕੇ ਲੋਕ ਅੰਦਰ ਆ ਗਏ ਸੀਗੇ, ਅਜਿਹੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇੱਕ ਬੰਦਾ ਜਿਹੜਾ ਸਫੀਸ਼ੀਐਂਟ ਹੈ? ਨਹੀਂ ਸਰ, ਉਹ ਇਹੋ ਜਿਹੇ ਟਾਈਮ 'ਤੇ ਤਾਂ ਘੱਟੋ ਘੱਟ 3-4 ਬੰਦੇ ਜ਼ਰੂਰੀ ਹੈ ਮੁਲਾਜ਼ਮ ਹੋਣੇ। ਅਤੇ ਹਰ ਇੱਕ ਵਾਰਡ ਦੇ ਵਿੱਚ ਤੁਹਾਨੂੰ ਨਹੀਂ ਲੱਗਦਾ ਕਿ ਇੱਕ ਇੱਕ ਜੇ ਸੁਰੱਖਿਆ ਕਰਮੀ ਹੋਵੇ ਤਾਂ ਵਧੀਆ ਜਿਹੜੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋ ਸਕਦੇ? ਉਹ ਤਾਂ ਸਰ ਵਧੀਆ, ਜੇ ਮਤਲਬ ਵੀ ਹਰ ਵਾਰਡ 'ਚ ਇੱਕ ਇੱਕ ਬੰਦਾ ਰਾਤ ਨੂੰ ਨਾਈਟ ਹੋਵੇ ਤਾਂ ਫਿਰ ਤਾਂ ਪੱਕਾ ਫਿਰ ਵਧੀਆ ਨਾ, ਇੱਦਾਂ ਇਕੱਲੇ ਵਾਸਤੇ ਔਖਾ ਵਾ ਇਹ। ਤੁਸੀਂ ਫਿਰ ਇਕੱਲੇ ਜਿਹੜੇ, ਜੇ ਤੁਹਾਨੂੰ ਮੰਨ ਲਓ ਕਿਤੋਂ ਫੋਨ ਆ ਜਾਂਦਾ ਉੱਪਰ ਸੁਰੱਖਿਆ ਲਈ ਜ਼ਰੂਰਤ ਪੈਂਦੀ ਆ, ਤੁਸੀਂ ਉੱਪਰ ਜਾਂਦੇ ਹੋ ਤਾਂ ਨੀਚਿਓਂ ਫੋਨ ਆ ਜਾਏ ਤਾਂ ਫਿਰ ਕਿੱਦਾਂ ਮੈਨੇਜ ਹੋਏਗਾ? ਇੱਕੋ ਜਗ੍ਹਾ ਸਰ ਕਵਰ ਹੁੰਦੀ ਹੈ, ਫਿਰ ਦੋ ਦਿਨ ਹੁੰਦੀਆਂ ਨਹੀਂ ਐਟ ਅ ਟਾਈਮ। ਅਤੇ ਜੇ ਲੋੜ ਪੈ ਜਾਵੇ ਤਾਂ ਪੁਲਿਸ ਕਿੰਨੀ ਦੇਰ 'ਚ ਪਹੁੰਚ ਜਾਂਦੀ ਹੈ? 10-15 ਮਿੰਟ ਦੇ ਵਿੱਚ ਆ ਜਾਂਦੇ ਸਰ SHO ਸਾਹਿਬ। 15-20 ਮਿੰਟ ਫਿਰ ਵੀ ਲੱਗ ਹੀ ਜਾਂਦੇ? ਹਾਂ, 10-15 ਮਿੰਟ ਲੱਗ ਜਾਂਦੇ ਆ ਸਰ। ਤੁਸੀਂ ਦੇਖਿਆ ਜੀ, ਇਹ ਸਰ ਦਾ ਕਹਿਣਾ ਕਿ 15-20 ਮਿੰਟ ਤੱਕ ਜੇ ਅਸੀਂ ਫੋਨ ਵੀ ਕਰੀਏ ਤਾਂ 15 ਮਿੰਟ ਲੱਗ ਜਾਂਦੇ ਨੇ ਪੁਲਿਸ ਨੂੰ ਇੱਥੇ ਆਉਣ ਨੂੰ, ਅਤੇ ਉਹਨਾਂ ਦਾ ਵੀ ਇਹ ਮੰਨਣਾ ਹੈ ਕਿ ਘੱਟੋ ਘੱਟ ਜਿਹੜੇ ਹੈਗੇ ਨੇ 2 ਜਾਂ ਇਸ ਤੋਂ ਵੱਧ ਪੁਲਿਸ ਕਰਮੀ ਹੋਣੇ ਚਾਹੀਦੇ ਨੇ, ਤਾਂ ਜੋ ਕਿਸੇ ਅਲੱਗ ਅਲੱਗ ਵਾਰਡ ਦੇ ਵਿੱਚ ਜੇ ਕੋਈ ਅਲੱਗ ਅਲੱਗ ਕੋਈ ਗੱਲ ਹੁੰਦੀ ਹੈ ਤਾਂ ਉਹਨਾਂ ਨੂੰ ਚੰਗੇ ਤਰੀਕੇ ਦੇ ਨਾਲ ਉਹਦਾ ਨਿਪਟਾਰਾ ਕੀਤਾ ਜਾ ਸਕੇ ਅਤੇ ਸੁਰੱਖਿਆ ਦੇ ਜਿਹੜੇ ਨੇ ਪੁਖਤਾ ਪ੍ਰਬੰਧ ਕੀਤੇ ਜਾ ਸਕਣ।